ਸਤਿਕਾਲ ਭਾਈ ਜੀ। ਸਤਿਕਾਲ ਭਾਈ ਜੀ, ਤੁਸੀਂ ਇਹ ਚ ਗਰੋਟੋ ਜਿਹੜੀ ਦਵਾਈ ਲਿਆ ਕੇ ਪਾਈ ਹੈ ਵਿਕਰਮਜੀਤ ਜੀ ਨੇ ਦਿੱਤੀ ਸੀ, ਉਹਦਾ ਕੀ ਰਿਜ਼ਲਟ ਹੈ ਜੀ? ਤੁਹਾਨੂੰ ਕੀ ਲੱਗਦਾ? ਬਹੁਤ ਵਧੀਆ ਰਿਜ਼ਲਟ ਹੈ ਜੀ। ਅੱਛਾ, ਤੁਹਾਨੂੰ ਕੀ ਲੱਗਦਾ, ਮਤਲਬ ਤੁਸੀਂ ਦੱਸੋ ਵੀ ਇਹ ਚ ਕੀ ਫਾਇਦਾ, ਫਰਕ ਕੀ ਹੈ ਨਰਮੇ ਵਿੱਚ? ਫਰਕ ਹੈ ਜੀ, ਖਾਦ ਹੀ ਬਹੁਤ ਘੱਟ ਪਾਈ ਹੈ ਅਸੀਂ। ਖਾਦ ਘੱਟ ਪਾਈ ਹੈ, ਹੋਰ ਇਹ ਪੱਤੇ ਦੇ ਕਿਵੇਂ ਹੈ? ਪੱਤੇ ਤੁਹਾਨੂੰ ਦਿਖੀ ਜਾਣੇ ਵਧੀਆ ਨਾਰਮਲ, ਪਾਣੀ ਲੱਗੇ ਨੂੰ ਅੱਜ ਇਹਨੂੰ ਹੋਵੇ 20 ਦਿਨ ਜੀ। ਅੱਛਾ, 20 ਦਿਨ ਹੋ ਗਏ। ਹਾਂ, ਤੇ ਤੁਸੀਂ ਇਸ ਦਵਾਈ ਤੋਂ ਖੁਸ਼ ਹੋ? ਪੂਰੇ ਪੂਰੇ ਸਰ। ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ? ਕੋਈ ਨਹੀਂ, ਮੈਂ ਤੁਹਾਨੂੰ ਵਧੀਆ ਦਵਾਈ ਵਰਤਣ ਆਹ। ਅੱਛਾ, ਜ਼ਿਆਦਾ ਇਹ ਖਾਦ ਦੂਜੀ ਪਾਈ ਹੈ ਇਹਨੇ ਨਜਾਇਜ਼? ਅੱਛਾ ਅੱਛਾ, ਉਹ ਠੀਕ ਹੈ, ਵੱਧ ਆਹ ਦਵਾਈ ਵਰਤਣੀ ਚਾਹੀਦੀ ਹੈ ਬਹੁਤ ਬਹੁਤ। ਤੇ ਤੁਹਾਡਾ ਇੱਕ ਤਾਂ ਪਿੰਡ ਦੱਸੋ ਤੇ ਇੱਕ ਮੋਬਾਈਲ ਨੰਬਰ ਦੱਸੋ ਇਹਨਾਂ ਨੂੰ, ਕਿਹੜਾ ਪਿੰਡ? ਮੇਰਾ ਰਾਮਗੜ੍ਹ ਸਿੰਘ ਨੌਂ ਡਬਲਯੂ। ਅੱਛਾ, ਮੋਬਾਈਲ ਨੰਬਰ ਦੱਸੋ ਤੁਹਾਡਾ। ਮੋਬਾਇਲ ਨੰਬਰ ਮੇਰਾ 6974900063। ਅੱਛਾ, ਕੋਈ ਕਿਸਾਨ ਤੁਹਾਨੂੰ ਪੁੱਛਣਾ ਚਾਹੇ, ਗੱਲਬਾਤ ਕਰਨੀ ਚਾਹੇ? ਤੇ ਲੋਕ ਕਹਿੰਦੇ ਯਾਰ ਜੈਵਿਕ ਨਾਲ ਤਾਂ ਕੋਈ ਫਸਲ ਹੁੰਦੀ ਨਹੀਂ ਗੀ, ਤੇ ਬਹੁਤ ਰੇਹਾਂ ਖਾਦਾਂ ਹੋਰ ਪਾਉਣੀਆਂ ਪੈਂਦੀਆਂ? ਨਹੀਂ, ਆਪਾਂ ਤਾਂ ਬਹੁਤ ਘੱਟ ਪਾਈ ਇਹਦੇ 'ਚ, ਦਿਖਾ ਦਿਓ ਕੋਈ ਦਊਗੀ ਕਿਤੇ ਪੀਲਾਪਣ ਦਿਖਾਉਂਦਾ ਤਾਂ। ਅੱਛਾ ਅੱਛਾ, ਤੁਸੀਂ ਖੁਸ਼ ਹੋ ਪੂਰੇ? ਹਾਂਜੀ, ਇਹ 'ਚ 15 ਕਿਲੋ ਯੂਰੀਆ ਹਜੇ ਤੱਕ ਪੇਰੀ ਹੈ ਜੀ। ਅੱਛਾ ਅੱਛਾ, 10 ਕਿਲੋ DAP ਪੇਰੀ ਸੀ ਉਹਦੇ, ਮਤਲਬ ਪਾਣੀ ਨਹੀਂ ਲੱਗਿਆ। ਅੱਛਾ ਅੱਛਾ, ਤੇ ਨਹੀਂ ਕਰਦਾ ਇਹ ਨਰਮਾ? ਨਹੀਂ, ਤੇ ਵਧੀਆ ਪੱਤੇ ਖੁੱਲ੍ਹੇ ਸਭ ਵਧੀਆ? ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਵੀਰ ਜੀ।